ਮੈਂ ਵਿਕਸਾ ਵਿੱਚ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਸਰਦਾਰ ਕਰਤਾਰ ਸਿੰਘ ਝੱਬਰ ਜੀ ਦਾ ਪਰਿਵਾਰ ਅੱਗੇ ਜਿਹੜਾ ਆਪਣਾ ਫੈਮਿਲੀ ਟ੍ਰੀ ਹੁੰਦਾ ਉਹਦੇ ਵਿੱਚ ਕੌਣ ਕੌਣ ਸੀ, ਉਹਨਾਂ ਦੇ ਕਿੰਨੇ ਬੇਟੇ ਸੀ? ਉਹਨਾਂ ਦੇ ਦੋ ਬੇਟੇ ਸੀ ਜੀ, ਇੱਕ ਮੇਰੇ ਤਾਇਆ ਜੀ ਉਹਨਾਂ ਦਾ ਨਾਂ ਸੁਰਿੰਦਰ ਸਿੰਘ ਸੀ, ਅਤੇ ਮੇਰੇ ਪਿਤਾ ਜੀ ਜਿਹੜੇ ਮੇਜਰ ਬਲਦੇਵ ਸਿੰਘ ਮਿਲਟਰੀ ਕ੍ਰੋਸ ਸੀ ਫੌਜ ਵਿੱਚੋਂ ਉਹਨਾਂ ਨੂੰ ਤਮਗਾ ਮਿਲਿਆ ਸੀ ਬਹਾਦਰੀ ਦਾ, ਉਹਨਾਂ 'ਚ ਹੁਣ ਔਲਾਦ ਹੈਗੀ। ਅਤੇ ਮੇਰੇ ਤਾਇਆ ਜੀ ਦੇ ਦੋ ਲੜਕੇ ਅਤੇ ਇੱਕ ਲੜਕੀ ਹੈਗੇ ਨੇ, ਅਤੇ ਅੱਗੇ ਉਹਨਾਂ ਦੇ ਬੱਚੇ ਵੀ ਹੈਗੇ ਨੇ, ਅਤੇ ਮੇਰਾ ਇੱਕ ਭਰਾ ਅਤੇ ਇੱਕ ਭੈਣ ਹੈਗੇ ਨੇ, ਅਤੇ ਅੱਗੇ ਸਾਡੇ ਬੱਚੇ ਵੀ ਹੈਗੇ ਨੇ ਤਿੰਨਾਂ ਦੇ। ਅਤੇ ਇਹਨਾਂ 'ਚੋਂ ਇਸ ਟਾਈਮ 'ਚ ਕੋਈ ਪੰਜਾਬ 'ਚ ਰਹਿ ਰਿਹਾ? ਮੇਰਾ ਭੈਣ ਮੇਰਾ ਭਰਾ ਉੱਥੇ ਰਹਿੰਦਾ ਹੈ ਪਟਿਆਲੇ। ਤਾਇਆ ਜੀ ਦੇ ਬੇਟਾ, ਇੱਕ ਬੇਟਾ ਉੱਥੇ ਹਰਿਆਣੇ ਹੈਗਾ, ਅਤੇ ਇੱਕ ਲੜਕਾ ਮੈਂ ਅੱਜ ਕੱਲ੍ਹ ਅਮਰੀਕਾ ਆਇਆ ਹੋਇਆ ਹੈ। ਤੁਸੀਂ ਮਤਲਬ ਕਿ ਤੁਹਾਡੀ ਕੰਟਰੀਬਿਊਸ਼ਨ ਪਰਿਵਾਰ ਦੀ ਇੰਨੀ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ੁਰੂਆਤ ਤੁਹਾਡੇ ਤੋਂ ਹੋਈ, ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਤੁਹਾਡੇ ਤੋਂ ਹੋਈ, ਅਤੇ ਮਤਲਬ ਆਪਾਂ ਮੈਂ ਕਹਿ ਸਕਦਾ ਸਿੱਖ ਸੰਸਥਾਵਾਂ ਦੀ ਜਿਹੜੀ ਸੀ ਬਿਹਤਰੀ ਵਾਸਤੇ ਜਿਹੜੀ ਗੱਲ ਆ ਉਹਦੀ ਸ਼ੁਰੂਆਤ ਤੁਹਾਡੇ ਕੋਲ ਹੋਈ, ਅਤੇ ਕੀ ਤੁਸੀਂ ਅੱਜ ਜੋ ਸਾਡੀਆਂ ਸਿੱਖ ਸੰਸਥਾਵਾਂ ਜੁੜੀਆਂ ਹੈਗੀਆਂ ਉਹਨਾਂ ਦੇ ਨਾਲ ਤੁਸੀਂ ਤੁਹਾਨੂੰ ਤੁਹਾਨੂੰ ਸੰਤੁਸ਼ਟੀ ਆ ਵੀ ਜੋ ਝੱਬਰ ਸਾਹਿਬ ਦੀ ਸੋਚ ਸੀਗੀ ਉਹਦੇ ਮੁਤਾਬਕ ਸਾਰਾ ਕੁਝ ਠੀਕ ਠਾਕ ਚੱਲ ਰਿਹਾ? ਮੈਂ ਤਾਂ ਇਹ ਸਮਝਣਾ ਕਿ ਮੈਂ ਕਿਸੇ ਨੂੰ ਦੱਸ ਰਿਹਾ ਸਾਂ ਕਿ ਇਸ ਤਰ੍ਹਾਂ ਸਾਡੇ ਬਾਪੂ ਜੀ ਨੇ ਮਹੰਤਾਂ ਨੂੰ ਕੱਢ ਕੇ ਗੁਰਦੁਆਰੇ ਜਿਹੜੇ ਨੇ ਉਹਨਾਂ ਨੂੰ ਵਾਪਸ ਸਿੱਖਾਂ ਨੂੰ ਦਿੱਤੇ, ਅਤੇ ਉਹ ਮੈਨੂੰ ਕਹਿੰਦੇ ਨੇ ਕਿ ਉਹਨਾਂ ਮਹੰਤਾਂ ਦੇ ਕੱਢ ਗਏ ਨੇ ਜਿਹੜੇ ਅੱਜ ਕੱਲ੍ਹ ਮੰਤ ਨੇ, ਇਹਨਾਂ ਨੂੰ ਕੌਣ ਕੱਢੇਗਾ? ਅੱਜ ਕੱਲ੍ਹ ਦੇ ਮਹੰਤ ਹੀ ਮਰਾਦ ਜੋ ਵੀ ਮੈਨੇਜਮੈਂਟ ਜਿਹੜੇ ਵੀ ਅੱਜ ਕੱਲ੍ਹ ਗੁਰਦੁਆਰੇ ਦੇ ਕਾਬਜ ਹੈਗੇ, ਜਿਹੜੇ ਜਿਹੜੀ ਵੀ ਆਰਗਨਾਈਜੇਸ਼ਨ ਹੈਗੀਆਂ ਨੇ, ਅਤੇ ਜਿਸ ਕਿਸਮ ਦੀ ਪ੍ਰੈਕਟਿਸ ਕਰ ਰਹੇ ਨੇ, ਜਿਸ ਕਿਸਮ ਦਾ ਬੰਦੋਬਸਤ ਉਹਨਾਂ ਨੇ ਕੀਤਾ ਹੋਇਆ ਹੈ, ਅਤੇ ਵੀ ਕੋਈ ਐਸੀ ਗੱਲ ਲੱਗਦੀ ਨਹੀਂ ਕਿ ਇਹਨਾਂ ਨੇ ਕੋਈ ਬੜਾ ਚੰਗਾ ਕੰਮ ਕੀਤਾ ਹੈ, ਜਿਸ 'ਤੇ ਸਿੱਖਾਂ ਨੂੰ ਫਖਰ ਹੋਣਾ ਚਾਹੀਦਾ। ਅਤੇ ਤੁਸੀਂ ਮੈਂ ਜ਼ਿਕਰ ਮਤਲਬ ਕਰ ਰਹੇ ਸੀਗੇ ਜਿਹੜੇ ਆਪਣੇ ਨਨਕਾਣਾ ਸਾਹਿਬ ਦੇ ਸਾਕੇ ਦੀ, ਸੋ ਨਨਕਾਣਾ ਸਾਹਿਬ ਦਾ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਰੇਲਵੇ ਇੰਜੀਨੀਅਰ ਦੀ ਲੜਕੀ ਨੂੰ ਰੇਪ ਕੀਤਾ ਉਹਨੇ ਮੰਤ ਨੇ, ਅਤੇ ਭਾਈ ਲਛਮਣ ਸਿੰਘ ਤਾਰੋਵਾਲ ਵਾਲੇ ਅਤੇ ਬਾਪੂ ਜੀ ਨੇ ਫੈਸਲਾ ਕੀਤਾ, ਉਹਨਾਂ ਦਾ ਵੀ ਜਥਾ ਹੈਗਾ ਸੀ ਲੈਲਪੁਰ ਤੋਂ, ਅਤੇ ਬਾਪੂ ਜੀ ਨੇ ਫੈਸਲਾ ਕੀਤਾ ਕਿ ਆਪਾਂ ਇਕੱਠੇ ਫਲਾਣੇ ਦਿਨ ਮਿਲਾਂਗੇ ਅਤੇ ਉੱਥੋਂ ਆਪਾਂ ਦਰਬਾਰ ਸਾਹਿਬ ਚੱਲਾਂਗੇ। ਅਤੇ ਉਹ ਜਿੱਦਣ ਉਹਨਾਂ ਨੇ ਜਾਣਾ ਸੀ, ਜਿਹੜੀ ਰਾਤ ਜਾਣ ਕੇ ਸਵੇਰੇ ਮਿਲਣਾ ਸੀ, ਅਤੇ ਉਹ ਸ਼ਾਮ ਨੂੰ ਕੋਈ ਅੰਮ੍ਰਿਤਸਰ ਤੋਂ ਕਿਸੇ ਲੀਡਰਸ਼ਿਪ ਦੇ ਬੰਦੇ ਪਹੁੰਚ ਗਏ, ਅਤੇ ਉਹਨਾਂ ਕਿਹਾ ਕਿ ਵੀ ਝੱਬਰ ਸਾਹਿਬ ਪੰਥ ਕਹਿੰਦਾ ਕਿ ਨਾ ਜਾਓ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਭਾਈ ਲਛਮਣ ਸਿੰਘ ਨਾਲ ਪ੍ਰੋਗਰਾਮ ਬਣਾਇਆ ਅਤੇ ਅਸੀਂ ਜਾਵਾਂਗੇ, ਅਤੇ ਉਹ ਕਹਿੰਦੇ ਜੇ ਅਸੀਂ ਮੈਂ ਨਾ ਜਾਵਾਂ ਤਾਂ ਉਹਨਾਂ ਨੂੰ ਕੌਣ ਰੋਕੇਗਾ? ਉਹਨਾਂ ਕਿਹਾ ਉਹ ਜ਼ਿੰਮੇਵਾਰੀ ਸਾਡੀ ਹੈ, ਅਸੀਂ ਰੋਕਾਂਗੇ। ਅਤੇ ਉਹਨਾਂ ਨੇ ਫਿਰ ਬਾਪੂ ਜੀ ਉਹਨਾਂ ਨੇ ਆਪਣਾ ਬੰਦਾ ਭੇਜਿਆ, ਮੇਰਾ ਖਿਆਲ ਉਹਦਾ ਨਾਮ ਵਰਿਆਮ ਸਿੰਘ ਸੀ, ਅਤੇ ਇੱਕ ਉਹਨਾਂ ਦੇ ਜਿਹੜੇ ਇੱਕ ਦੋ ਬੰਦੇ ਸੀ ਉਹ ਸਾਰੇ ਗਏ, ਅਤੇ ਉਹ ਭਾਈ ਲਛਮਣ ਸਿੰਘ ਦਾ ਜਥਾ ਹਾਲੀ ਉੱਥੇ ਹੀ ਸੀ ਜਿੱਥੇ ਮਿਲਣਾ ਸੀ ਬਾਪੂ ਜੀ ਦੇ ਜਥੇ ਨੂੰ, ਅਤੇ ਉਹ ਉਹਨਾਂ ਨੂੰ ਭਾਈ ਸਾਹਿਬ ਨੂੰ ਕਹਿੰਦੇ ਨੇ ਕਿ ਵੀ ਇਸ ਤਰ੍ਹਾਂ ਤੁਸੀਂ ਨਾ ਜਾਓ, ਝੱਬਰ ਸਾਹਿਬ ਵੀ ਨਹੀਂ ਆਉਣਗੇ। ਅਤੇ ਭਾਈ ਲਛਮਣ ਸਿੰਘ ਕਿਹਾ ਚੰਗਾ, ਅਤੇ ਉਹਨਾਂ ਦਾ ਜਿਹੜਾ ਹੈਗਾ ਸੀ ਨੰਬਰ 2 ਜਾਂ ਸੈਕਿੰਡ ਇਨ ਕਮਾਂਡ ਭਾਈ ਟਹਿਲ ਸਿੰਘ ਆਈ ਥਿੰਕ ਉਹਦਾ ਨਾਂ ਸੀ, ਅਤੇ ਉਹ ਟਹਿਲ ਸਿੰਘ ਨਾਲ ਕਹਿੰਦਾ ਵੀ ਆਪਾਂ ਤਾਂ ਅਰਦਾਸ ਕਰਕੇ ਆਇਆ ਸੀ, ਤੁਸੀਂ ਨਹੀਂ ਜਾਂਦੇ ਤਾਂ ਮੈਂ ਤਾਂ ਜਾਵਾਂਗਾ। ਉਹ ਕਹਿ ਲਛਮਣ ਸਿੰਘ ਨੇ ਕਿਹਾ ਵੀ ਬਜਾਏ ਇਕੱਲਾ ਜਾਏ ਤਾਂ ਅਸੀਂ ਸਾਰੇ ਚਲੇ ਜਾਂਦੇ ਹਾਂ, ਕਿਉਂਕਿ ਉਹਨਾਂ ਦਾ ਇਹ ਨਹੀਂ ਸੀ ਕਿ ਲੜਨ ਜਾ ਰਹੇ ਨੇ, ਕਬਜ਼ਾ ਲੈਣ ਜਾ ਰਹੇ ਨੇ, ਉੱਥੇ ਜਾ ਕੇ ਉਹਨਾਂ ਨੇ ਪਾਠ ਕਰਨਾ ਸੀ ਅਤੇ ਸ਼ਾਂਤਮਈ ਨਾਲ ਐਂਟਰ ਹੋਣਾ ਸੀ ਗੁਰਦੁਆਰੇ। ਤੋ ਉਹ ਉੱਥੇ ਪਹੁੰਚ ਗਏ, ਅਤੇ ਜਿਹੜਾ ਮਹੰਤ ਸੀ ਉਹਨੇ ਪਹਿਲਾਂ ਮਿਸਟਰ ਡੇ ਉੱਥੇ ਔਰਗਨਾਈਜ਼ ਕੀਤੇ ਹੋਏ ਸੀ ਮੁਸਲਮਾਨ, ਅਤੇ ਉਹਨਾਂ ਜਦੋਂ ਅੰਦਰ ਵੜੇ ਅਤੇ ਉਹਨੇ ਦਰਬਾਰ ਸਾਹਿਬ ਦਾ ਦਰਵਾਜ਼ਾ ਬੰਦ ਕਰਤਾ, ਅਤੇ ਜਾ ਕੇ ਅੰਦਰ ਸੰਗਤ ਪਾਠ ਕਰ ਰਹੀ ਸੀ, ਅਤੇ ਫਿਰ ਉਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ, ਅਤੇ 130 ਬੰਦੇ ਸੀ ਜਿੱਥੋਂ ਤੱਕ ਮੇਰਾ ਖਿਆਲ ਹੈ, ਅਤੇ ਕੋਈ ਉਹਨਾਂ 'ਚ ਇੱਕ ਵੀ ਨਹੀਂ ਬਚਿਆ, ਸਾਰੇ ਸ਼ਹੀਦ ਹੋ ਗਏ ਸੀ। ਅਤੇ ਜਦੋਂ ਇਹ ਸਾਕਾ ਹੋਇਆ ਅਤੇ ਉੱਥੇ ਇੱਕ ਸਟੇਸ਼ਨ ਮਾਸਟਰ ਸੀ ਸਿੱਖ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ 'ਤੇ, ਉਹਨੇ ਜਗ੍ਹਾ ਜਗ੍ਹਾ ਤਾਰਾਂ ਭੇਜੀਆਂ, ਅਤੇ ਇੱਕ ਤਾਰ ਬਾਪੂ ਜੀ ਨੂੰ ਵੀ ਭੇਜੀ ਕਿ ਇੱਥੇ ਜਾ ਪਾਣਾ ਵਰਤ ਗਿਆ, ਤਾਂ ਬਾਪੂ ਜੀ ਨੇ ਆਪਣਾ ਜਥਾ ਜਿਹੜਾ ਸੀ ਉਹ ਡਿਸਪਰਸ ਕਰਤਾ ਸੀ। ਫਿਰ ਉਹਨਾਂ ਨੇ ਰਾਤੋਂ ਰਾਤ ਜਦੋਂ ਵੀ ਉਹਨਾਂ ਨੂੰ ਖਬਰ ਮਿਲੀ
ਉਹਨਾਂ ਨੇ ਜਥਾ ਵਾਪਸ ਬੁਲਾ ਕੇ ਇਕੱਠਾ ਕੀਤਾ ਅਤੇ 2200 ਬੰਦਿਆਂ ਦੇ ਨਾਲ ਨਨਕਾਣਾ ਸਾਹਿਬ ਪਹੁੰਚ ਗਏ। ਉਸ ਟਾਈਮ 'ਤੇ ਬਾਪੂ ਦੀ ਉਮਰ ਕਿੰਨੀ? ਉਸ ਟਾਈਮ 'ਤੇ ਬਾਪੂ ਦੀ ਉਮਰ ਹੋਣੀ ਹੈ ਜੀ 45-47 ਸਾਲ। ਅਤੇ ਉੱਥੇ ਜਦੋਂ ਪਹੁੰਚੇ ਤਾਂ ਅੱਗੇ ਕਮਿਸ਼ਨਰ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਇੱਕ ਸਿੱਖ ਲੀਡਰ ਹੈਗੇ ਸੀ, ਵਕੀਲ ਹੈਗੇ ਸੀ, ਇਹ ਸਾਰੇ ਉੱਥੇ ਪਹੁੰਚੇ ਹੋਏ ਸੀ। ਅਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਹੁਣ ਅੱਗੇ ਨਹੀਂ ਜਾ ਸਕਦੇ। ਅਤੇ ਉਹਨਾਂ ਨੇ ਕਿਹਾ ਵੀ ਸਾਡਾ ਗੁਰਦੁਆਰਾ ਅੱਗੇ ਕਿਉਂ ਨਹੀਂ ਜਾ ਸਕਦੇ? ਉਹਨਾਂ ਕਿਹਾ ਅੱਗੇ ਜਾਓਗੇ ਤਾਂ ਫੌਜ ਹੈਗੀ ਸਾਡੀ। ਅਤੇ ਉਹਨਾਂ ਕਿਹਾ ਵੀ ਫੌਜ ਹੈਗੀ, ਚਲੋ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਾਂਗੇ। ਸੋ 2200 ਬੰਦਿਆਂ ਦੀ ਉਹਨਾਂ ਨੇ 200-200 ਦੀ ਇੱਕ ਲਾਈਨ ਲਾਈ, 11 ਲਾਈਨਾਂ ਸੀ ਅਤੇ ਆਪ ਅੱਗੇ ਸੀ। ਫਿਰ ਉਹਨਾਂ ਫਾਈਨਲੀ ਉਹਨਾਂ ਨੇ ਕਿਹਾ ਵੀ ਚਾਹੁੰਦਾ ਕੀ ਹੈ ਤੂੰ? ਉਹਨਾਂ ਕਿਹਾ ਵੀ ਮੈਂ, ਸਾਡਾ ਗੁਰਦੁਆਰਾ ਹੈ, ਮੈਨੂੰ ਚਾਬੀ ਚਾਹੀਦੀ ਹੈ। ਸੋ ਫਾਈਨਲੀ ਉਹਨੇ ਕਮਿਸ਼ਨਰ ਨੇ, ਆਈ ਥਿੰਕ ਉਹਦਾ ਨਾਂ ਸੀ ਕਮਿਸ਼ਨਰ ਕਿੰਗ, ਉਹਨੇ ਚਾਬੀ ਉਹਨਾਂ ਨੂੰ ਹੈਂਡ ਓਵਰ ਕਰਤੀ ਅਤੇ ਇਹ ਗੁਰਦੁਆਰੇ ਜਾ ਕੇ ਇਹਨਾਂ ਨੇ ਫਿਰ ਦੇਖਿਆ ਕਿ ਭਾਣਾ ਵਰਤਿਆ ਹੋਇਆ ਸੀ ਅਤੇ ਸ਼ਹੀਦਾਂ ਜਿਹੜੇ ਡੈਡ ਸੀ ਉਹਨਾਂ ਦਾ ਸੰਸਕਾਰ ਕੀਤਾ। ਕੋਈ ਬਚਿਆ ਕਿਤੇ ਉਹਨਾਂ 'ਚ? ਕੋਈ ਵੀ ਨਹੀਂ ਸੀ ਸ਼ਾਇਦ ਸਰਵਾਈਵ ਹੋਇਆ। ਅਤੇ ਸਾਰਿਆਂ ਦਾ ਫਿਰ ਖੂਨ ਜਿਹੜਾ ਵਗਿਆ ਹੋਇਆ ਸੀ ਸਾਫ਼ ਕੀਤਾ ਅਤੇ ਪਾਠ ਕੀਤਾ। ਉਹਦੇ ਬਾਅਦ ਇਹ ਆਪਾਂ ਸੁਣ ਰਹੇ ਹਾਂ ਸਾਕਾ ਨਨਕਾਣਾ ਸਾਹਿਬ। ਇਹ ਹੋਇਆ ਅਤੇ 20-21 ਫਰਵਰੀ 1922 ਨੂੰ। ਮਤਲਬ ਜੇ ਅਸੀਂ ਸਾਰਾ ਦੇਖੀਏ ਕਿੱਡਾ ਵੱਡਾ ਇਤਿਹਾਸ ਆ, ਕਿੱਡਾ ਵੱਡਾ ਸਾਡਾ ਇਹ, ਮਤਲਬ ਸਾਡਾ ਸਿੱਖ ਕੌਮ ਦੇ ਕੋਲ ਇੱਕ ਵਿਰਾਸਤ ਆ, ਕਿੱਡੀਆਂ ਕੁਰਬਾਨੀਆਂ ਕਰਕੇ ਇਹ ਗੁਰਦੁਆਰੇ ਜਿਹੜੇ ਆਜ਼ਾਦ ਕਰਵਾਏ ਗਏ। ਅਤੇ ਅੱਜ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਪੁੱਛੀਏ ਵੀ ਮਤਲਬ ਦੱਸੋ ਭਾਈ ਵੀ ਇਹ ਜਦੋਂ ਪੰਜਾ ਸਾਹਿਬ ਦਾ ਸਾਕਾ ਹੋਇਆ, ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਥੋੜ੍ਹਾ ਬਹੁਤਾ ਤਾਂ ਇਹ ਗੱਲ ਜ਼ਰੂਰ ਯਾਦ ਕਰ ਲੈਣਗੇ ਹਾਂ ਵੀ ਹੋਇਆ ਸੀ, ਪਰ ਅੱਗੇ ਕਿਹਨਾਂ ਲੋਕਾਂ ਨੇ ਕਰਵਾਇਆ, ਕਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ? ਲਛਮਣ ਸਿੰਘ ਧਾਰੂਵਾਲੀ, ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਆਪਣੇ ਤੇਜਾ ਸਿੰਘ ਪੁੱਚਰ, ਇਹ ਜੇ ਸਾਰੇ ਉਹਨਾਂ ਦੇ ਨਾਂ ਗਿਣ ਲੱਗੀ, ਇਹ ਮੇਰਾ ਖਿਆਲ ਇੱਕ ਬਹੁਤ ਜ਼ਿਆਦਾ ਕੁਰਬਾਨੀ ਵਾਲੇ ਇਹ ਪਰਿਵਾਰ ਸੀ। ਅਤੇ ਮੈਂ ਜਿੱਥੇ ਅੱਜ ਸਾਹਿਬ ਵਿਕ ਸਾਹਿਬ ਨਾਲ, ਮਤਲਬ ਬ੍ਰਿਗੇਡੀਅਰ ਸਾਹਿਬ ਨਾਲ ਗੱਲ ਕਰ ਰਿਹਾ, ਉੱਥੇ ਨਾਲ ਉਹਨਾਂ ਦੀ ਧਰਮ ਪਤਨੀ ਵੀ ਨਾਲ ਹੀ ਬੈਠੇ ਆ। ਇਹਨਾਂ ਨੇ ਵੀ ਲੰਬਾ ਸਮਾਂ ਬਾਪੂ ਜੀ ਦਾ ਜਿਹੜਾ ਹੈ ਉਸ ਸਮੇਂ, ਕਿਉਂਕਿ ਇਸ ਘਰ ਦੇ ਵਿੱਚ ਨੂੰਹ ਬਣ ਕੇ ਆ ਗਏ ਸੀ, ਅਤੇ ਇਹਨਾਂ ਨੇ ਵੀ ਕਾਫੀ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ। ਮੈਂ ਸਮਝਾਂਗਾ ਵੀ ਕੋਈ 2-4 ਗੱਲਾਂ ਕੋਈ ਤੁਹਾਡੇ ਨਾਲ ਕੋਈ ਵਾਪਰੀਆਂ, ਕੋਈ ਜਿਹੜੀ ਜਿਹਨੂੰ ਤੁਸੀਂ ਇੱਕ ਉਹਨਾਂ ਦੀ ਇੱਕ ਜ਼ਿੰਦਗੀ ਦੀ ਮਹਾਨ ਘਟਨਾ ਸਮਝ ਸਕਦੇ ਹੋ, ਉਹ ਸਾਡੇ ਨਾਲ ਸਾਂਝੀਆਂ ਕਰੋ। ਮੈਨੂੰ ਇਹ ਯਾਦ ਹੈ ਕਿ ਬਹੁਤ ਬਹੁਤ ਸਾਫ਼ ਦਿਲ ਇਨਸਾਨ ਸੀਗੇ ਔਰ ਸਭ ਨੂੰ ਬਰਾਬਰ ਸਮਝਦੇ ਸੀ, ਆਪਣਿਆਂ ਨੂੰ ਔਰ ਬਗਾਨਿਆਂ ਨੂੰ ਵੀ। ਅਤੇ ਮੈਨੂੰ ਉਹਨਾਂ ਨੂੰ ਮਿਲ ਕੇ ਬੜਾ ਦਿਲ ਖੁਸ਼ ਹੁੰਦਾ ਸੀ, ਜ਼ਰੂਰ ਆਉਂਦੇ ਸੀ। ਮੈਂ 3 ਸਾਲ ਸਾਡੇ 3.5 ਸਾਲ ਸਾਡੇ ਵਿਆਹ ਤੋਂ ਬਾਅਦ ਉਹ ਰਹੇ ਅਤੇ ਅਸੀਂ ਜਦ ਵੀ ਆਉਂਦੇ ਸੀ ਕੁਛ ਐਂ ਲੱਗਦਾ ਸੀ ਕੋਈ ਬੜੀ ਕੋਈ ਸ਼ਕਤੀ ਹੈ, ਬੜੀ ਰਿਸਪੈਕਟ ਫੀਲ ਹੁੰਦੀ ਸੀ ਉਹਨਾਂ ਲਈ। ਅਤੇ ਖੈਰ ਉਹਨੀ ਦੇ ਲਈ ਜ਼ਿਆਦਾ ਬਜ਼ੁਰਗਾਂ ਦਾ ਲੇਡੀਜ਼ ਨਹੀਂ ਸੀ ਜ਼ਿਆਦਾ ਗੱਲਬਾਤ ਕਰਦੀਆਂ, ਮੱਥਾ ਟੇਕਿਆ ਕੀ ਹਾਲ ਹੈ, ਜਾਂ ਉਹਨਾਂ ਨੇ ਕਿਹਾ ਮਤਲਬ ਪਾਣੀ ਲਿਆ ਕੇ ਦਿਓ, ਪਾਣੀ ਲਿਆ ਕੇ ਦੇ ਤਾਂ ਬਟ ਨਾਟ ਐਨੀਥਿੰਗ ਬਿਓਨ ਦੈਟ, ਬਟ ਯੂ ਫੈਲਟ ਅ ਸਰਟਨ ਪ੍ਰਾਈਡ ਅਬਾਊਟ ਹਿਜ਼ ਪਰਸਨੈਲਿਟੀ, ਹੀ ਬਹੁਤ ਹੀ ਸਾਫ਼ ਦਿਲ ਇਨਸਾਨ, ਨਹੀਂ ਕਦੇ ਦੇਖਿਆ ਗਿਆ ਉਹਦੇ ਪਹਿਲਾਂ, ਦੇਖੇ ਨੇ ਬੜੇ ਪਰ ਬਾਪੂ ਜੀ ਵੱਲੋਂ ਵਧਦਾ ਰਿਹਾ ਸੀ। ਹਾਂ, ਸਿਰਫ ਇਸ ਕਰਕੇ ਨਹੀਂ, ਤੁਹਾਡੇ ਉਹ ਮਤਲਬ ਜਿਹੜੇ ਆਪਣੇ ਸੀਗੇ ਪਰਿਵਾਰ ਦੇ ਮੁਖੀ ਸੀ ਆਪਣੇ ਸਹੁਰਿਆਂ ਵੱਲੋਂ, ਇਸ ਕਰਕੇ ਵੀ ਮਤਲਬ ਉਹਨਾਂ ਨੇ ਕੰਮ ਹੀ ਐਡੇ ਕੁ ਮਹਾਨ ਕਰਤੇ ਸੀ, ਉਹਦੇ ਕਰਕੇ ਸਤਿਕਾਰ ਜਿਹੜਾ ਸੀ ਉਹਨਾਂ ਦੀ ਪਰਸਨੈਲਿਟੀ ਸੀ ਜੇ ਇਟ ਉਹਦੇ ਵਿੱਚ ਬਹੁਤ ਹੀ ਮੈਨੂੰ ਖਿਆਲ ਨਹੀਂ ਆਉਂਦਾ ਕਿ ਕਹਾ ਕੁਛ ਆਟੋਮੈਟਿਕਲੀ ਇਹਨਾਂ ਦਾ ਮਤਲਬ ਰਿਫਲੈਕਸ਼ਨ ਫੀਲ ਹੁੰਦੀ ਸੀ ਕਿ ਉਹਨਾਂ ਦੀ ਰਿਸਪੈਕਟ ਬਹੁਤ ਫੀਲ ਹੁੰਦੀ ਸੀਗੀ। ਬਹੁਤ ਵਧੀਆ। ਅੱਜ ਸਾਡੇ ਨਾਲ ਇੱਥੇ ਹੀ ਜਿੱਥੇ ਅੱਜ ਬਿਰਖ ਸਾਹਿਬ ਬੈਠੇ ਆ, ਬਿਰਖ ਸਾਹਿਬ ਦੇ ਖਾਸ ਦੋਸਤ ਅਤੇ ਸਾਡੇ ਸਿੱਖ ਕੌਮ ਦੇ ਇੱਕ, ਆਪਾਂ ਮੈਂ ਇਹ ਗੱਲ ਕਹਿ ਸਕਦਾ, ਇੱਕ ਬਹੁਤ ਉੱਚ ਪੱਧਰੀ ਜਿਹੜੀ ਹੈਗੀ ਆ ਇੱਕ ਸ਼ਖਸੀਅਤ ਰਹੇ, ਜੰਮੂ ਕਸ਼ਮੀਰ ਦੇ ਚੀਫ ਸੈਕਟਰੀ ਸਰਦਾਰ ਇੰਦਰਜੀਤ ਸਿੰਘ ਮੱਲੀ ਵੀ ਸਾਡੇ ਨਾਲ ਬੈਠੇ ਆ। ਉਹਨਾਂ ਦਾ ਵੀ ਕਿਉਂਕਿ ਇਹਨਾਂ ਦੇ ਨਾਲ ਬਿਰਖ ਸਾਹਿਬ ਨਾਲ ਬਹੁਤ ਲੰਬਾ ਵਾਸਤਾ ਆ ਅਤੇ ਕਾਫੀ ਕੁਛ ਮਤਲਬ ਇਹਨਾਂ ਦੇ ਨਾਲ ਗੱਲਾਂ ਜਿਹੜੀਆਂ ਸਾਂਝੀਆਂ ਹੁੰਦੀਆਂ ਰਹੀਆਂ, ਤਾਂ ਵੈਸੇ ਉਹ ਆਪਣੇ ਤੌਰ 'ਤੇ ਵੀ ਇੱਕ ਬਹੁਤ ਮਤਲਬ ਵਧੀਆ ਜਿਹੜੇ ਹੈਗੇ ਆ, ਮਤਲਬ ਇਸ ਗੱਲ ਕਿ ਸਿੱਖ
ਕੌਮ ਦੇ ਕੰਮਾਂ ਪ੍ਰਤੀ ਕਾਫੀ ਜਾਣਕਾਰੀ ਰੱਖਦੇ ਆ। ਮੈਂ ਉਹਨਾਂ ਨੂੰ ਵੀ ਕਹਾਂਗਾ ਦੋ ਸ਼ਬਦ ਜ਼ਰੂਰ ਮਤਲਬ ਜਿਹੜੇ ਹੈ ਆਪਣੇ ਉਸਤਾਦ ਕਰਤਾਰ ਸਿੰਘ ਅਤੇ ਬਲੀ ਦੇ ਬਾਰੇ ਸਾਡੇ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ 4 ਸਾਲ ਪਹਿਲਾਂ ਜਦੋਂ ਮੈਨੂੰ ਵਿਰਕ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਭੈਣ ਜੀ ਨੂੰ ਮਿਲੇ, ਅਤੇ ਮੈਂ ਇਸ ਨਿਵਾਸ 'ਤੇ ਆਇਆ ਅਤੇ ਮੈਂ ਬਾਪੂ ਜੀ ਦਾ ਪੋਰਟਰੇਟ ਵੇਖਿਆ ਅਤੇ ਮੈਂ ਕਿਹਾ ਅਤੇ ਬਹੁਤ ਮਹਾਨ ਸ਼ਖਸੀਅਤ ਦਾ ਪੋਰਟਰੇਟ ਹੈ। ਫਿਰ ਮੈਨੂੰ ਇਹਨੇ ਦੱਸਿਆ ਕਿ ਇਹਨਾਂ ਦੀ ਛੋਟੀ ਬੇਟੀ ਨੇ ਡਾਕਟਰ ਅਵਿਨਾਸ਼ ਨੇ ਇਹ ਪੋਰਟਰੇਟ ਬਣਾਇਆ ਅਤੇ ਇਹਨਾਂ ਦੇ ਦਾਦਾ ਜੀ ਦਾ। ਮੈਂ ਪਹਿਲਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਹਿਸਟਰੀ ਬਾਰੇ ਕੁਛ ਕਿਤਾਬਾਂ ਪੜ੍ਹੀਆਂ ਸਨ, ਪਰ ਕਿਸੇ ਕਿਤਾਬ ਦੇ ਵਿੱਚ ਵੀ ਇਹਨਾਂ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਕਿ ਬਾਪੂ ਜੀ ਦੀ ਬਾਇਓਗ੍ਰਾਫੀ ਹੈ, ਇਹਨਾਂ ਕੋਲ ਪੰਜਾਬੀ 'ਚ ਵੀ ਹੈ, ਅੰਗਰੇਜ਼ੀ 'ਚ ਵੀ ਹੈ। ਮੈਂ ਆਖਿਆ ਮੈਂ ਪੰਜਾਬੀ 'ਚ ਪੜ੍ਹਨੀ ਪਸੰਦ ਕਰਾਂਗਾ। ਉਹ ਕਿਤਾਬ ਪੜ੍ਹ ਕੇ ਸਿਰਫ ਇੱਕ ਪਾਸਿਓਂ ਹੀ ਦਿਮਾਗ ਔਰ ਦਿਲ ਨਹੀਂ ਖੁੱਲ੍ਹਿਆ ਕਿ ਉਦੋਂ ਸਿੱਖ ਕੌਮ ਦੇ ਸਾਹਮਣੇ ਚੈਲੇਂਜ ਕੀ ਸਨ। ਉਹਨਾਂ ਦੀ ਜੀਵਨੀ ਪੜ੍ਹ ਕੇ ਉਹ ਸਾਫ ਸਾਫ ਸਾਹਮਣੇ ਆਇਆ ਕਿ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਜਿਸ ਪੱਧਰ ਤੋਂ ਪਹਿਲਾਂ ਸ਼ੁਰੂ ਕੀਤਾ ਸੀ, ਕਿੰਨੀ ਤੇਜ਼ੀ ਨਾਲ ਉਹ ਲੀਡਰਸ਼ਿਪ ਦੀਆਂ ਸਾਰੀਆਂ ਕੁਆਲਿਟੀਜ਼ ਅਕੁਆਇਰ ਕਰਦੇ ਗਏ, ਉਹਨਾਂ ਨੂੰ ਇਸਤੇਮਾਲ ਕਰਦੇ ਗਏ ਅਤੇ ਸਿੱਖ ਕੌਮ ਦੀ ਸੇਵਾ ਕਰਦੇ ਗਏ। ਉਹਨਾਂ ਦਾ ਬਚਪਨ ਜਿਵੇਂ ਬਿਲਕੁਲ ਇੱਕ ਫਰੀ ਮਸਤ ਨੌਜਵਾਨ ਦਾ ਸੀ, ਚੰਗੇ ਸੌਖੇ ਘਰ ਦੇ ਸਨ, ਖਾਣਾ ਪੀਣਾ, ਐਕਸਰਸਾਈਜ਼ ਕਰਨੀ, ਡੰਡ ਬੈਠਣਾ ਕੱਢੇ। ਪਰ ਜਦੋਂ ਫਿਰ ਮਨ ਬਦਲ ਗਿਆ, ਮਨ ਦੂਸਰੇ ਪਾਸੇ ਚਲਾ ਗਿਆ ਕਿ ਮੈਂ ਹੁਣ ਅੰਮ੍ਰਿਤ ਛਕਣਾ, ਸਿੱਖ ਬਣਨਾ, ਗੁਰਮਤਿ ਕਾਲਜ ਗਏ, ਅੰਮ੍ਰਿਤ ਛਕਿਆ, ਪਹਿਲਾ ਸਕੂਲ ਖੋਲ੍ਹਿਆ ਉਸ ਇਲਾਕੇ ਦੇ ਵਿੱਚ, ਸਕੂਲ ਦੀਆਂ ਸਾਰੀਆਂ ਸਪਲਾਈਜ਼ ਦਾ ਬੰਦੋਬਸਤ ਆਪੇ ਕਰਦੇ ਸਨ ਕਿ ਜਦੋਂ ਕਾਲੇ ਪਾਣੀ ਚਲੇ ਗਏ ਅਤੇ ਮੈਂ ਸਮਝਣਾ ਕਿ ਇਹ ਇੱਕ ਬਹੁਤ ਟਰਾਂਸਫਰਮੇਟਿਵ ਪੀਰੀਅਡ ਸੀ ਉਹਨਾਂ ਦੀ ਲਾਈਫ ਦੇ ਵਿੱਚ। ਉੱਥੇ ਉਹਨਾਂ ਨੇ ਜਾ ਕੇ ਸਿਰਫ ਇੱਕ ਆਮ ਆਦਮੀ ਵਾਂਗੂ ਬੈਠ ਕੇ ਅਤੇ ਆਪਣਾ ਵਕਤ ਨਹੀਂ ਗਿਣਿਆ ਕਿ ਹੁਣ ਮੈਂ ਕਦੋਂ ਵਾਪਸ ਜਾਵਾਂਗਾ, ਕਦੋਂ ਵਾਪਸ ਜਾਵਾਂਗਾ। ਉੱਥੇ ਉਹਨਾਂ ਨੂੰ ਕੋਈ ਸਿੱਖ ਵੀ ਇੱਕ ਸੱਜਣ ਮਿਲੇ, ਮੈਨੂੰ ਉਹਨਾਂ ਦਾ ਨਾਂ ਯਾਦ ਨਹੀਂ। ਜਦੋਂ ਇਹ ਰਾਤ ਨੂੰ ਇਹਨਾਂ ਕਿਹਾ ਪਾਠ ਦੇ ਪਿੱਛੋਂ ਮੈਨੂੰ ਕਿੱਥੋਂ ਆਵਾਜ਼ ਆ ਰਹੀ ਹੈ, ਕਾਲੇ ਪਾਣੀ ਜੇਲ੍ਹ 'ਚ, ਕਾਲੇ ਪਾਣੀ ਜੇਲ੍ਹ 'ਚ। ਫਿਰ ਉਹਨਾਂ ਨੂੰ ਹੋਰ ਜਿਹੜੇ ਰਿਨਾਊਂਡ ਫਰੀਡਮ ਫਾਈਟਰਸ, ਜਿਹੜੇ ਇੰਟਲੈਕਚੁਅਲ ਸਨ, ਜਿਨ੍ਹਾਂ ਨੂੰ ਪੋਲੀਟੀਕਲ ਥਾਟ ਪ੍ਰੋਸੈਸ ਦਾ ਪਤਾ ਸੀ, ਬਾਪੂ ਜੀ ਤਾਂ ਅਜੇ ਪੜ੍ਹਾਈ ਵੱਲ ਅਤੇ ਸੋਸ਼ਲ ਸਰਵਿਸ ਵੱਲ ਉਹਨਾਂ ਦਾ ਧਿਆਨ ਸੀ, ਅਜੇ ਪੋਲੀਟੀਕਲ ਪ੍ਰੋਸੈਸ ਵੱਲ ਉਹਨਾਂ ਦਾ ਧਿਆਨ ਨਹੀਂ ਸੀ। ਉਹਨਾਂ ਨਾਲ ਉਹਨਾਂ ਨੂੰ 1 ਸਾਲ ਗੋਸ਼ਤੀਆਂ ਕਰਨ ਦਾ, ਡਿਸਕਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਇੱਕ ਆਮ ਆਦਮੀ ਵਾਂਗੂ ਉੱਥੇ ਜੇਲ੍ਹ ਦੇ ਵਿੱਚ ਰੋਟੀ ਖਾ ਕੇ ਅਤੇ ਸੌਂ ਕੇ ਵਕਤ ਨਹੀਂ ਗੁਜ਼ਾਰਿਆ। ਉਹ 1 ਸਾਲ ਦੇ ਵਿੱਚ ਵਿੱਚ ਉਹਨਾਂ ਨੇ ਪਤਾ ਹੀ ਨਹੀਂ ਕਿੰਨੇ ਸਾਲਾਂ ਦੀ ਪੜ੍ਹਾਈ ਇਕੱਠੀ ਕਰ ਲਈ। ਔਰ ਜਦੋਂ ਕਲਕੱਤੇ ਵਾਪਸ ਆਏ ਉੱਥੇ ਉਹਨਾਂ ਨੂੰ ਇੱਕ ਬਹੁਤ ਵੱਡੇ ਫਰੀਡਮ ਫਾਈਟਰ ਔਰ ਲੀਡਰ ਦੇ ਰੂਪ ਵਿੱਚ ਬੰਗਾਲ ਦੇ ਵਿੱਚ ਪੇਸ਼ ਕੀਤਾ ਗਿਆ। ਤੁਸੀਂ ਜਿੱਥੇ ਹੁਣ ਬੈਠੇ ਹੋ ਅਮਰੀਕਾ ਦੇ ਵਿੱਚ, ਇੱਥੋਂ ਨਾਲ ਦਾ ਦੇਸ਼ ਆ ਸਾਡੇ ਕੈਨੇਡਾ, ਕੈਨੇਡਾ ਤੋਂ ਜਿਹੜੇ ਗਏ ਸੀ ਆਪਣੇ ਆਜ਼ਾਦੀ ਦੀ ਮੁਹਿੰਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਉਹਨਾਂ ਵਿੱਚੋਂ ਵੀ ਬਹੁਤ ਕੈਦੀ ਸੀਗੇ ਜਿਹੜੇ ਕੰਮ ਕਾਟ ਮਾਰੂ ਵਾਲੇ, ਉਹ ਵੀ ਬਾਪੂ ਜੀ ਦੇ ਨਾਲ ਉਸ ਵੇਲੇ ਉਸ ਜੇਲ੍ਹ ਦੇ ਵਿੱਚ ਸ਼ਾਮਿਲ ਸਨ ਜੀ। ਹਾਂਜੀ ਬਿਲਕੁਲ ਬਿਲਕੁਲ, ਇਹ ਤੁਸੀਂ ਬਿਲਕੁਲ ਠੀਕ ਕਿਹਾ, ਮੈਨੂੰ ਇਹ ਗੱਲ ਯਾਦ ਨਹੀਂ ਸੀ। ਕੰਮ ਕਾਟ ਮਾਰੂ ਜਹਾਜ਼ ਜਿਹੜਾ ਸੀ ਉਹਦੇ ਨਾਲ ਜਿਹੜੇ ਸੀ ਉਹ ਹੈਗੇ ਸੀ ਉੱਥੇ। ਮੈਂ ਇਸ ਕਰਕੇ ਤੁਹਾਨੂੰ ਰਿਮਾਈਂਡ ਕਰ ਰਿਹਾ ਕਿਉਂਕਿ ਦੇਖੋ ਇਸ ਇਲਾਕੇ ਦੇ ਵਿੱਚੋਂ ਅੱਜ ਵੀ ਲੋਕਾਂ ਨੇ ਆਉਣਾ ਹੁੰਦਾ ਬੜਾ ਬੜਾ ਔਖਾ, ਕਿੰਨਾ ਦੂਰ ਆ, ਮਤਲਬ ਆਪਾਂ ਧਰਤੀ ਦਾ ਮਤਲਬ ਪੁੱਠਾ ਪਾਸਾ ਹੀ ਆਪਾਂ ਦੇਖੀਏ ਨਾ, ਅਤੇ ਇੱਥੋਂ ਜਾ ਕੇ ਲੋਕਾਂ ਦੀ ਕਿੱਦਾਂ ਦੀ ਸੋਚ ਆਈ ਹੋਏਗੀ ਉਸ ਵੇਲੇ, ਜਿਹੜੇ ਉਸ ਟਾਈਮ 'ਤੇ ਇੰਨੀਆਂ ਕੁਰਬਾਨੀਆਂ ਦੇਣ ਵਾਸਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਗਏ, ਅਤੇ ਜਿਹਨਾਂ ਦੇ ਨਾਲ ਬਾਬੂ ਜੀ ਦਾ ਮੇਲ ਹੋਇਆ। ਉਹ ਜਿਹੜੇ ਗਏ ਸੀ ਜੀ, ਬੇਸਿਕਲੀ ਉਹ ਆਏ ਇੰਡੀਆ ਤੋਂ ਹੀ ਸੀ। ਬਾਬੇ ਗੁਰਦਿੱਤ ਸਿੰਘ ਨੇ ਜਦੋਂ ਕੰਮ ਕਾਟਾ ਮਾਰੂ ਜਹਾਜ਼ ਉੱਥੋਂ ਲਿਆਂਦਾ ਅਤੇ ਜਦੋਂ ਉਹਨਾਂ ਨੇ ਕੈਨੇਡਾ ਲੈਂਡ ਨਹੀਂ ਕਰਨ ਦਿੱਤਾ ਅਤੇ ਉਹ ਹੀ ਲੋਕ ਵਾਪਸ ਗਏ ਸੀ, ਅਤੇ ਜਦੋਂ ਵਾਪਸ ਪਹੁੰਚੇ ਕਲਕੱਤੇ ਅਤੇ ਉਹਨਾਂ ਵਿੱਚੋਂ ਮੈਂਬਰ ਮੈਨੂੰ ਠੀਕ ਤਰ੍ਹਾਂ ਯਾਦ ਹੈ ਅਤੇ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਕਈ ਲੋਕ ਉੱਥੋਂ ਭੱਜ ਗਏ, ਕਈ ਕੈਦ ਹੋ ਗਏ, ਕਈ ਮਾਰੇ ਗਏ ਅਤੇ ਇਹ ਉਹ ਫਿਰ ਬਾਅਦ ਵਿੱਚ ਜਾ ਕੇ ਲਾਹੌਰ ਕਾਸਪਿਰੇਸੀ ਕੇਸ ਉੱਥੇ ਜੋ ਕੁਝ
ਇੰਡੀਆ 'ਚ ਆ ਕੇ ਉਹ ਫਿਰ ਇਹਨਾਂ ਵਿੱਚੋਂ ਲੋਕ ਸੀ ਜਿਹੜੇ ਉੱਥੇ ਗਏ। ਸੋ ਮਤਲਬ ਇਹ ਨਹੀਂ ਸੀ ਕਿ ਉਹ ਕੈਨੇਡਾ ਤੋਂ ਗਏ ਸੀ, ਕੈਨੇਡਾ ਐਮੀਗ੍ਰੇਟ ਕਰ ਰਿਹਾ ਸੀ, ਇਹਨਾਂ ਨੇ ਉਹਨੂੰ ਲੈਂਡ ਨਹੀਂ ਕਰ ਦਿੱਤਾ ਅਤੇ ਉਹ ਸਾਲ 6 ਮਹੀਨੇ ਬਾਅਦ ਜਦੋਂ ਜਹਾਜ਼ ਨਾ ਲੈਂਡ ਕਰ ਸਕਿਆ ਅਤੇ ਕੋਰਟ ਵਗੈਰਾ ਵਿੱਚ ਫੈਸਲੇ ਉਹਨਾਂ ਦੇ ਅਗੇਂਸਟ ਹੋਏ, ਉਹ ਵਾਪਸ ਗਏ। ਮਤਲਬ ਮੇਰਾ ਕਹਿਣ ਤੋਂ ਭਾਵ ਇਹ ਵੀ ਪਹਿਲਾਂ ਇਹ ਗੁਰਦੁਆਰੇ ਤੱਕ ਉਹਨਾਂ ਦੀ ਜਿਹੜੀ ਲੜਾਈ ਸੀ ਗੁਰਦੁਆਰੇ ਤੱਕ ਸੀਮਤ ਨਹੀਂ ਸੀ, ਇਹ ਲੋਕ ਜਿਹੜੇ ਮਿਲੇ ਜਿਹੜੇ ਹਿੰਦੁਸਤਾਨ ਨੂੰ ਯਾਦ ਕਰਾਉਣਾ ਚਾਹੁੰਦੇ ਸੀ ਉਹਨਾਂ ਨਾਲ ਮਿਲ ਕੇ ਉਸ ਪਾਸੇ ਵੀ ਉਹਨਾਂ ਦਾ ਯੋਗਦਾਨ। ਤਾਂ ਉਹਨਾਂ ਦਾ ਜਿਹੜਾ ਨਾਂ ਹੈਗਾ ਇੰਡੀਅਨ ਜਿਹੜੇ ਫਰੀਡਮ ਫਾਈਟਰ ਨੇ, ਹਿਸਟਰੀ ਆਫ ਇੰਡੀਅਨ ਫਰੀਡਮ ਫਾਈਟਰ, ਉਹਨਾਂ ਵਿੱਚ ਵੀ ਉਹਨਾਂ ਦੇ ਬਾਰੇ ਉਹਨਾਂ ਨੇ ਲਿਖਿਆ ਹੋਇਆ ਹੈ ਚੱਬਰ ਸਾਹਿਬ। ਹਾਂਜੀ, ਅਤੇ ਉਸ ਡਾਕਟਰ ਮਹਿੰਦਰ ਸਿੰਘ ਹੈਗੇ ਨੇ ਇੱਕ ਦਿੱਲੀ, ਭਾਈ ਵੀਰ ਸਿੰਘ ਸਾਧਨ ਦੇ ਮੈਗਾ ਡਾਇਰੈਕਟਰ ਅੱਜ ਕੱਲ੍ਹ, ਉਹਨਾਂ ਨੇ ਕਿਤਾਬ ਲਿਖੀ ਆ ਅਕਾਲੀ ਦਲ 'ਤੇ, ਅਤੇ ਉਹਦੇ ਵਿੱਚ ਉਹ ਲਿਖਦੇ ਨੇ ਕਿ 1920 ਸੈਂਚਰੀ ਵਿੱਚ ਪਹਿਲਾ ਸਿੱਖ ਲੀਡਰ ਵਾਸ ਜਦ ਦਾ ਕਰਤਾਰ ਸਿੰਘ ਚੱਬਰ। ਕਿੱਡੇ ਮਾਣ ਵਾਲੀ ਗੱਲ ਹੈ ਇਸ ਪਰਿਵਾਰ ਵਾਸਤੇ ਵੀ ਜਦੋਂ ਅੱਜ ਜਿਹੜਾ ਦਿੱਲੀ ਦਾ ਵਿੱਚ ਜਿੱਥੇ ਮਤਲਬ ਭਾਈ ਵੀਰ ਸਿੰਘ ਸਦਨ ਜਿਹਨੂੰ ਇੱਕ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਸਿੱਖਾਂ ਦੇ ਵਾਸਤੇ ਇੱਕ ਪੂਰਾ ਦਿਮਾਗ ਸਾਡਾ ਉੱਥੇ ਬੈਠਾ ਜਿੱਥੋਂ ਸਾਰਾ ਇਤਿਹਾਸ ਲੈ ਕੇ ਲੋਕ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਦੇ ਆ, ਹਿੰਦੁਸਤਾਨ ਦੀ ਜਿਹੜੀ ਹੋਈ ਮਤਲਬ ਜਿਹੜੀ ਆਜ਼ਾਦੀ ਉਹਦੇ ਬਾਰੇ ਜਾਣਦੇ ਆ, ਉੱਥੇ ਵਿੱਚ ਇਸ ਪਰਿਵਾਰ ਦਾ ਜਿਹੜਾ ਹੈ ਉਹਦੇ ਬਾਰੇ ਕਿਤਾਬਾਂ ਲਿਖੀਆਂ ਗਈਆਂ, ਉਸ ਪਰਿਵਾਰ ਬਾਰੇ ਗੱਲ ਕੀਤੀ ਗਈ, ਅੱਜ ਵੀ ਜਿਹੜਾ ਉੱਥੇ ਉਹ ਸਾਰਾ ਇਤਿਹਾਸ ਸਾਂਭਿਆ ਗਿਆ ਉਸ ਪਰਿਵਾਰ ਦੇ ਸਾਰੇ ਜੀ ਆ। ਮੱਲੀ ਸਾਹਿਬ ਗੱਲ ਕਰ ਰਹੇ ਸੀਗੇ, ਮੈਂ ਮੱਲੀ ਸਾਹਿਬ ਨੂੰ ਗੱਲ ਮਤਲਬ ਕਰਨਾ ਸੰਖੇਪ ਦੇ ਵਿੱਚ ਕੁਛ ਹੋਰ ਉਹਨਾਂ ਬਾਰੇ ਕੋਈ ਕਹਿਣਾ ਚਾਹੁੰਦਾ। ਮੈਂ ਕਿਹਾ ਅੱਜ ਦੇ ਅਸੀਂ ਆਪਣੀ ਅਗਰ ਲੀਡਰਸ਼ਿਪ 'ਤੇ ਨਜ਼ਰ ਪਾਈਏ ਤਾਂ ਸਾਨੂੰ ਨੁਕਸ ਨਜ਼ਰ ਆਉਂਦੇ ਨੇ, ਅਸੀਂ ਕਹਿੰਦੇ ਹਾਂ ਸਾਡੇ ਕੋਲ ਚੰਗੇ ਲੀਡਰ ਹੈ ਨਹੀਂ। ਮੇਰਾ ਤਾਂ ਇੱਕ ਛੋਟਾ ਜਿਹਾ ਸੁਝਾਅ ਹੈ ਕਿ ਅਗਰ ਅੱਜ ਦੇ ਲੀਡਰ ਬਾਪੂ ਕਰਤਾਰ ਸਿੰਘ ਦੀ ਜੀਵਨੀ ਪੜ੍ਹ ਲੈਣ ਔਰ ਸਮਝ ਲੈਣ ਅਤੇ ਅਗਰ 2-4% ਵੀ ਫੋਲੋ ਕਰ ਲੈਣ ਤਾਂ ਸਾਨੂੰ ਚੰਗੇ ਲੀਡਰ ਮਿਲ ਜਾਣਗੇ। ਕੀ ਇਹ ਬਾਪੂ ਕਰਤਾਰ ਸਿੰਘ ਦੀ ਜੀਵਨੀ ਕਿਤੇ ਕੁਝ ਪੰਜਾਬੀ ਲਿਖਤ ਦੇ ਵਿੱਚ ਹੈ ਕੋਈ? ਨਹੀਂ, ਉਹਨਾਂ ਦੀ ਬਾਇਓਗ੍ਰਾਫੀ ਡਾਕਟਰ ਸਰਦਾਰ ਨਾਨਕ ਸਿੰਘ ਐਵੇਂ ਨੇ ਪੰਜਾਬੀ ਵਿੱਚ ਲਿਖੀ, ਉਹਦੇ ਨਰਾਇਣ ਸਿੰਘ ਨੇ ਪੰਜਾਬੀ 'ਚ ਲਿਖੀ ਹੈ, ਉਹਦੇ ਅੰਗਰੇਜ਼ੀ 'ਚ ਟਰਾਂਸਲੇਸ਼ਨ ਵੀ ਹੋਏ ਨੇ। ਔਰ ਮੇਰਾ ਜੀ ਕਰਦਾ ਕਿ ਹਰ 4-5 ਮਹੀਨੇ ਪਿੱਛੋਂ ਮੈਂ ਕਿਤਾਬ ਮੰਗ ਕੇ ਅਤੇ ਫਿਰ ਇੱਕ ਵਾਰੀ ਹੋਰ ਪੜ੍ਹ ਲਾਂ। ਮੈਂ ਜਦੋਂ ਫਿਰ ਦੁਬਾਰਾ ਕਿਤਾਬ ਪੜ੍ਹਨਾ ਵਾ ਤਾਂ ਮੈਨੂੰ ਇੰਝ ਲੱਗਦਾ ਕਿ ਪਹਿਲੀ ਵਾਰੀ ਜਿਹੜੇ ਮੈਨੂੰ ਉਹਨਾਂ ਦੇ ਜਿਹੜੀ ਉਹਨਾਂ ਨੇ ਸੁਨਹਿਰੀ ਲੀਡਰਸ਼ਿਪ ਪ੍ਰੋਵਾਈਡ ਕੀਤੀ, ਜਿਹੜੀ ਲਾਜਵਾਬ ਲੀਡਰਸ਼ਿਪ ਪ੍ਰੋਵਾਈਡ ਕੀਤੀ ਹੈ, ਜਿਹੜੀਆਂ ਗੱਲਾਂ ਮੈਂ ਪਹਿਲੀ ਵਾਰੀ ਨਹੀਂ ਸਮਝ ਸਕਿਆ ਦੂਜੀ ਵਾਰੀ ਪੜ੍ਹ ਕੇ ਮੈਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਰਹੀਆਂ ਨੇ ਕਿ ਉਹ ਸਿਰਫ ਜੋਸ਼ ਨਹੀਂ ਸੀ, ਹੋਸ਼ ਉਸ ਤੋਂ ਪਤਾ ਹੀ ਨਹੀਂ ਕਿੰਨੇ ਗੁਣਾ ਜ਼ਿਆਦਾ ਸੀ, ਕਿੰਨੀ ਆਰਗਨਾਈਜੇਸ਼ਨਲ ਅਬਿਲਿਟੀ ਸੀ। 2200 ਆਦਮੀ ਲੈ ਕੇ ਜਾ ਰਹੇ ਨੇ, ਕਮਿਸ਼ਨਰ ਦੇ ਨਾਲ ਮਿਸਟਰ ਕਿੰਗ ਨਾਲ ਗੱਲ ਕਰ ਰਹੇ ਨੇ ਅਤੇ ਉਹ ਕਹਿੰਦੇ ਨੇ ਅਸੀਂ ਤਾਂ ਹਥਿਆਰ ਨਹੀਂ ਚੁੱਕਣੇ ਔਰ ਮੇਰੇ ਬੰਦੇ ਪਹਿਲਾਂ ਨਹੀਂ ਹਿੱਲਣਗੇ, ਪਰ ਤੁਹਾਡੀ ਜਦੋਂ ਤੇਰੀ ਮਸ਼ੀਨ ਗਨ ਚੱਲ ਗਈ ਫਿਰ ਮੇਰੀ ਫੌਜ ਦੇ ਉੱਤੇ ਕੋਈ ਕੰਟਰੋਲ ਨਹੀਂ, ਫਿਰ ਵੇਖਾਂਗੇ ਕੀ ਹੁੰਦਾ। ਆਪਣੇ ਸੂਏ ਰੱਖਣੇ, ਖਬਰ ਭੇਜਣੀ, ਜੋ ਫੈਸਿਲਿਟੀਜ਼ ਹੈ ਸਨ ਉਦੋਂ ਸਾਰੀਆਂ ਕਮਿਊਨੀਕੇਸ਼ਨ ਅੰਗਰੇਜ਼ਾਂ ਦੇ ਹੱਥ ਵਿੱਚ ਸਨ, ਠੀਕ ਹੈ ਜੀ। ਰੇਲਵੇਜ਼ ਉਹਨਾਂ ਦੇ ਕੋਲ ਸਨ, ਟੈਲੀਗ੍ਰਾਮ ਉਹਨਾਂ ਦੇ ਕੋਲ ਸਨ, ਪੋਸਟ ਆਫਿਸ ਉਹਨਾਂ ਦੇ ਕੋਲ ਸਨ, ਸਰਮਾਇਆ ਉਹਨਾਂ ਕੋਲ ਸੀ। ਫਿਰ ਕਿਵੇਂ ਤੁਸੀਂ ਆਪਣੇ ਕੰਮ ਕਿਵੇਂ ਮੈਨੇਜ ਕਰਨੇ ਨੇ? ਫਿਰ ਲਹਿਰ ਦੇ ਜਿਹੜੇ ਕਈ ਲੋਕ ਜਿਹੜੇ ਨਿਰਦੋਸ਼ ਸਨ ਜਿਨ੍ਹਾਂ 'ਤੇ ਮੁਕੱਦਮੇ ਚੱਲੇ ਗਏ, ਫਿਰ ਆਪਣਾ ਅਸਰ ਰਸੂਖ ਔਰ ਆਪਣੀ ਸਟ੍ਰੈਟਜੀ ਯੂਜ਼ ਕਰਕੇ ਉਹਨਾਂ ਨੂੰ ਕੋਰਟਸ ਵਿੱਚ ਜਾ ਕੇ ਉਹਨਾਂ ਦੇ ਮੁਕੱਦਮੇ ਲੜਨੇ, ਜਿੰਨੀ ਮਦਦ ਹੋ ਸਕਦੀ ਹੈ ਮਦਦ ਕਰਨੀ। ਅਤੇ ਉਹ ਲੀਡਰਸ਼ਿਪ ਦੀ ਕੋਈ ਕੁਆਲਿਟੀ ਨਹੀਂ ਜਿਹੜੀ ਉਹਨਾਂ ਵਿੱਚ ਨਹੀਂ ਸੀ, ਅਤੇ ਅੱਜ ਦੇ ਲੀਡਰਾਂ ਦੇ ਵਿੱਚ ਇੱਕ ਵੀ ਕੁਆਲਿਟੀ ਨਹੀਂ ਜਿਹੜੀ ਉਹਨਾਂ ਕੋਲ ਹੋਣੀ ਚਾਹੀਦੀ ਸਿੱਖ ਲੀਡਰਾਂ ਦੇ। ਤੁਸੀਂ ਵੀ ਚਾਹੁੰਦੇ ਹੋ ਵੀ ਮਤਲਬ ਵੀ ਜਿਹੜਾ ਹੈ ਜਿਸ ਤਰ੍ਹਾਂ ਮਤਲਬ ਆਪਣਾ ਸਿੱਖ ਕੌਮ ਦੇ ਵਿੱਚ ਬਹੁਤ ਇਸ ਗੱਲ ਦੀ ਘਾਟ ਆ ਕਿ ਸਾਨੂੰ ਇਹ ਜਿਹੜੀਆਂ ਜਾਣਕਾਰੀਆਂ ਸਾਨੂੰ ਇਹ ਸਾਡੇ ਕੋਲ ਪ੍ਰਾਪਤ ਨਹੀਂ ਹੁੰਦੀਆਂ ਆਮ ਤੌਰ 'ਤੇ ਜਿਹੜੀਆਂ ਜਾਣਕਾਰੀਆਂ ਫਿਲਮਾਂ ਦੇ ਰਾਹੀਂ ਜਾਂ ਜਿਸ ਤਰ੍ਹਾਂ ਮਤਲਬ ਪਹਿਲਾਂ ਗੁਰੂ ਨਾਨਕ ਨਾਮ ਜਹਾਜ਼ ਹੈ ਫਿਲਮ ਇੱਕ ਆਈ ਸੀ, ਲੋਕਾਂ ਨੇ ਬੜੀ ਪਸੰਦ ਕੀਤੀ, ਬੜਾ ਕੁਝ ਦੇਖਿਆ, ਕਈ ਕੁਛ ਉਹਨਾਂ ਨੂੰ ਪਤਾ ਲੱਗਾ ਕਿ ਇਹੋ ਜਿਹੀ ਸ਼ਖਸੀਅਤ ਦੇ ਉੱਪਰ ਕੋਈ ਸਾਨੂੰ ਮਤਲਬ ਜਿਹੜੀ ਇਸ ਤਰ੍ਹਾਂ ਦਾ ਕੋਈ ਫਿਲਮ ਨਹੀਂ ਬਣਨੀ ਚਾਹੀਦੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਬਜ਼ੁਰਗ ਜਿਹੜੇ ਸੀਗੇ 100 ਸਾਲ ਪਹਿਲਾਂ ਉਹਨਾਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਆ ਅਤੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਜਿਹੜਾ ਅੱਜ ਜਿਹੜਾ ਮਾਣ ਦੇ ਨਾਲ ਅਸੀਂ ਪੱਗਾਂ ਬੰਨ ਕੇ ਘੁੰਮ ਰਹੇ ਹਾਂ ਸੰਸਾਰ 'ਚ ਉਹਦਾ ਜਿਹੜਾ ਸਾਨੂੰ ਇਸ ਲੈਵਲ ਤੱਕ ਮਤਲਬ ਲਿਆਉਣ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਸਾਕਾ ਨਨਕਾਣਾ ਸਾਹਿਬ 'ਤੇ ਇੱਕ ਪਿਕਚਰ ਬਣੀ ਵੀ ਹੈ ਔਰ
ਇਹ ਬਦਕਿਸਮਤੀ ਹੈ ਕਿ ਸਾਡੇ ਧਰਮ ਵਿੱਚ ਕੋਈ ਇਹੋ ਜਿਹੀਆਂ ਡਾਕੂਮੈਂਟਰੀ ਪਿਕਚਰਸ ਨਹੀਂ ਬਣੀਆਂ ਜਿਹਦੇ ਵਿੱਚ ਜਿਹੜੇ ਸੱਜਣਾਂ ਨੇ, ਜਿਹੜੇ ਲੀਡਰਾਂ ਨੇ, ਜਿਹੜੀਆਂ ਬੀਬੀਆਂ ਨੇ ਬਹੁਤ ਵੱਡੇ ਯੋਗਦਾਨ ਦਿੱਤੇ ਨੇ, ਉਹਨਾਂ ਨੂੰ ਅਸੀਂ ਇੱਕ ਬੈਲੈਂਸ ਪਰਸਪੈਕਟਿਵ, ਇੱਕ ਸੱਚੇ ਟਰੂ ਪਰਸਪੈਕਟਿਵ, ਉਹਦੇ ਸਾਰੇ ਆਸਪੈਕਟਸ ਸਾਹਮਣੇ ਲਿਆ ਕੇ ਅੱਜ ਦੀ ਪੀੜ੍ਹੀਆਂ ਦੇ ਸਾਹਮਣੇ ਪੇਸ਼ ਕੀਤਾ ਜਾਏ, ਅਤੇ ਅੱਜ ਦੇ ਪੀੜ੍ਹੀਆਂ ਨੂੰ ਨਾਲ ਇਹ ਵੀ ਦੱਸਿਆ ਜਾਏ ਕਿ ਉਦੋਂ ਚੈਲੇਂਜ ਕੀ ਸਨ ਅਤੇ ਅੱਜ ਚੈਲੇਂਜ ਕੀ ਨੇ, ਅਤੇ ਅੱਜ ਦੇ ਚੈਲੇਂਜਸ ਨਾਲ ਡੀਲ ਕਰਨ ਵਾਸਤੇ ਅੱਜ ਸਾਨੂੰ ਕੀ ਕੁਛ ਚਾਹੀਦਾ। ਅੱਜ ਦੇ ਚੈਲੇਂਜਸ ਹੋਰ ਨੇ, ਅਪਰੋਚ ਹੋਰ ਹੋਣੀ ਹੈ, ਰਿਸਪਾਂਸ ਹੋਰ ਹੋਣੀ ਹੈ, ਪਰ ਲੀਡਰਸ਼ਿਪ ਦੀਆਂ ਕੁਆਲਿਟੀਜ਼ ਉਹ ਹੀ ਹੋਣੀਆਂ ਚਾਹੀਦੀਆਂ। ਇਸ ਤੋਂ ਪਹਿਲਾਂ ਮੈਂ ਇਹ ਸਾਰਾ ਜਿਹੜੀ ਤੁਹਾਡੇ ਨਾਲ ਵਾਰਤਾ ਖਤਮ ਕਰਾਂ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਂ ਅੱਜ ਦੀ ਸਿੱਖ ਕੌਮ ਨੂੰ, ਕਿਉਂਕਿ ਤੁਸੀਂ ਮਤਲਬ ਸਿੱਖ ਕੌਮ ਦੇ ਆਪਾਂ ਇੱਕ ਕਹਿ ਲਈਏ ਬੜੇ ਮੋਢੀ, ਮਤਲਬ ਜਿਹੜੇ ਉਸ ਖਾਨਦਾਨ 'ਚੋਂ ਉਸ ਮਤਲਬ ਬਾਬੇ ਦੀ ਔਲਾਦ ਹੋ, ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਨੂੰ, ਮਤਲਬ ਸਿੱਖ ਕੌਮ ਨੂੰ ਕੀ ਕਰਨਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੇ ਜੀਵਨ ਨੂੰ ਮੁੱਖ ਰੱਖ? ਇਹਨਾਂ ਦਾ ਜੀਵਨ ਜਿਹੜਾ ਸੀ, ਇਹਨਾਂ ਦੇ ਜਿਹੜੇ ਵੀ ਹਿਸਟੋਰੀਕਲ ਸਰਕਮਸਟੈਂਸਿਸ ਸੀ, ਇਹਨਾਂ ਦੇ ਉਸ ਰਿਸਪੋਂਡ ਕੀਤਾ। ਸਾਡੇ ਜਿਹੜੇ ਹਾਲਾਤ ਨੇ ਉਹ ਕਾਫੀ ਡਿਫਰੈਂਟ ਨੇ, ਅੱਜ ਕੱਲ੍ਹ ਦੀ ਲੀਡਰਸ਼ਿਪ ਅਤੇ ਚੈਲੇਂਜਸ ਜਿਹੜੇ ਨੇ ਡਿਫਰੈਂਟ ਹੈਗੇ ਨੇ। ਐਂਡ ਜਦੋਂ ਦੁਨੀਆ ਜਿਹੜੀ ਹੈ ਉਹਨਾਂ ਦਿਨਾਂ ਵਿੱਚ ਹਿੰਦੁਸਤਾਨ ਤੋਂ ਅਮਰੀਕਾ ਆਉਣਾ ਸੀ ਜਾਂ ਇੰਗਲੈਂਡ ਜਾਣਾ ਸੀ ਤਾਂ ਹਫ਼ਤੇ ਲੱਗ ਜਾਂਦੇ ਸੀ, ਅੱਜ ਕੱਲ੍ਹ ਓਵਰਨਾਈਟ ਅਸੀਂ ਦੂਜੇ ਮੁਲਕ 'ਚ ਪਹੁੰਚ ਜਾਂਦੇ ਹਾਂ। ਦੁਨੀਆ ਜਿਹੜੀ ਇੱਕ ਪਿੰਡ ਬਣ ਗਿਆ ਹੈ, ਤਾਂ ਹੁਣ ਇਹ ਨਹੀਂ ਕਿ ਅਸੀਂ ਆਪਸ ਵਿੱਚ ਜੱਟ ਪਾਪਾ ਖੱਤਰੀ ਚ ਮਜ਼ਹਬੀ ਬਰਾਦਰੀਆਂ ਦੀ ਗੱਲ ਆਪਸ ਵਿੱਚ ਅਸੀਂ ਲੜੀ ਜਾਈਏ। ਦੁਨੀਆ ਜਿਹੜੀ ਹੈ ਇਹਦੇ ਅਸੀਂ ਇਕੱਠੇ ਹੋ ਕੇ ਹੀ ਲੜ ਸਕਦੇ ਹਾਂ, ਇਕੱਠੇ ਹੋ ਕੇ ਵੀ ਸਾਨੂੰ ਉਹ ਔਜ਼ਾਰ ਚਾਹੀਦੇ ਨੇ ਜਿਹੜੇ ਦੁਨੀਆ ਵਿੱਚ ਹੈਗੇ ਨੇ। ਜਿਵੇਂ ਮੈਂ ਪਹਿਲਾਂ ਆਪਾਂ ਗੱਲ ਕਰ ਰਿਹਾ ਸੀ, ਜੇ ਗੁਰੂ ਗੋਬਿੰਦ ਸਿੰਘ ਜੀ ਅੱਜ ਆਉਂਦੇ ਇਸ ਅਵਤਾਰ ਧਾਰਦੇ ਤਾਂ ਉਹ ਕੀ ਕਹਿੰਦੇ ਸਾਨੂੰ ਕਿ ਕਿਰਪਾਨਾਂ ਨਾਲ ਲੜੋ, ਕਿ ਉਹ ਕਹਿੰਦੇ ਕਿ ਵੀ ਤੁਸੀਂ ਸਾਰੇ PhD ਕਰੋ ਸਾਇੰਸ ਵਿੱਚ, ਆਰਟੀਫਿਸ਼ਲ ਇੰਟੈਲੀਜੈਂਸ ਵਿੱਚ। ਅਸੀਂ ਜਿਹੜਾ ਅਸੀਂ ਆਪਣੇ ਘਰੇਲੂ ਮਾਮਲਿਆਂ ਵਿੱਚ ਇੰਨੇ ਫਸੇ ਹੋਏ ਹਾਂ ਕਿ ਅਸੀਂ ਕੱਲ੍ਹ ਦਾ ਸੋਚ ਨਹੀਂ ਸਕਦੇ। ਮੈਂ ਅੱਜ ਤੱਕ ਇੱਕ ਆਰਟੀਕਲ ਨਹੀਂ ਪੜ੍ਹੀ ਜਿਹਦੇ 'ਤੇ ਉਹ ਫਿਊਚਰ ਆਫ ਸਿੱਖਸ ਇਜ਼ ਡਿਸਕਸ ਵੀ ਆਰ, ਸਾਨੂੰ ਕੋਈ ਉਹਦਾ ਫਿਕਰ ਹੀ ਨਹੀਂ ਕਿ ਕੱਲ੍ਹ ਸਾਡਾ ਕੀ ਹਾਲ ਹੋਏਗਾ ਜਾਂ ਕੀ ਮਾਡਲ ਹੋਣਾ ਚਾਹੀਦਾ। ਸਾਨੂੰ ਜਿਹੜੇ ਇੰਟਲੈਕਚੁਅਲ ਸੁਸਾਇਟੀਜ਼ ਨੇ ਲਾਈਕ ਜਿਊਸ, ਲਾਈਕ ਬ੍ਰਾਹਮਣਸ, ਵੀ ਹੈਵ ਟੂ ਲਰਨ ਕਿ ਵੀ ਦਿਮਾਗ ਜਿਹਦੇ ਦੇ ਸਾਡਾ ਚਮਕੇਗਾ ਨਹੀਂ, ਅਸੀਂ ਦੁਨੀਆ ਦਾ ਮੁਕਾਬਲਾ ਨਹੀਂ ਕਰ ਸਕਦੇ, ਦੁਨੀਆ ਨਾਲ ਕੰਪੀਟ ਨਹੀਂ ਕਰ ਸਕਦੇ, ਅਸੀਂ ਪਿੱਛੇ ਹੀ ਰਹਿੰਦੇ ਜਾਵਾਂਗੇ। ਕਿੰਨੀ ਦੇਰ ਅਸੀਂ ਪਿੱਛੇ ਰਹਿ ਕੇ ਸਰਵਾਈਵ ਕਰ ਸਕਾਂਗੇ? ਸਾਡੀ ਜਿਹੜਾ ਮਕਸਦ ਹੋਣਾ ਚਾਹੀਦਾ ਕਿ ਅਸੀਂ ਦੁਨੀਆ ਦੇ ਲੀਡਿੰਗ ਸੁਸਾਇਟੀ ਦੇ ਅੱਗੇ ਹਾਂ, ਕੌਮਾਂ ਦੇ ਬਰਾਬਰ ਹੈਗੇ ਹਾਂ। ਇਹ ਆਪਾਂ ਸੁਣਿਆ ਸਰ ਮਨਮੋਹਨ ਸਿੰਘ ਜੀ ਵਿਰਕ ਪਾਸੋਂ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਚੈਲੇਂਜ ਸਾਡੇ ਸਿੱਖ ਕੌਮ ਦੇ ਸਾਹਮਣੇ ਆ, ਉਹ ਇਕੱਲੇ ਇਹ ਨਹੀਂ ਰਹਿ ਗਏ ਵੀ ਅਸੀਂ ਮਤਲਬ ਜਿਹੜਾ ਹੈ ਸਾਡਾ ਦਾਇਰਾ, ਸਾਡਾ ਸ਼ੰਭੂ ਜਿਹੜਾ ਹੈ ਬੈਰੀਅਰ ਤੱਕ ਰਹਿ ਗਿਆ। ਅੱਜ ਦੁਨੀਆ ਦੇ ਤਕਰੀਬਨ ਜਿੰਨੇ ਦੇਸ਼ ਆ ਉਹਨਾਂ ਦੇ ਵਿੱਚੋਂ ਜੇ ਅਸੀਂ 80% ਦੇਸ਼ ਦੇਖੀਏ, ਉਹਨਾਂ ਦੇ ਵਿੱਚ ਅੱਜ ਜਿਹੜੇ ਸਿੱਖ ਕੌਮ ਦੇ ਜਿਹੜੇ ਸਾਡੇ ਲੋਕ ਆ ਵੱਸ ਰਹੇ ਆ, ਅਤੇ ਉਹਨਾਂ ਦੇਸ਼ਾਂ ਦੇ ਵੱਖਰੇ ਵੱਖਰੇ ਚੈਲੇਂਜ ਆ, ਉਹਨਾਂ ਨੂੰ ਜੇਕਰ ਅਸੀਂ ਉੱਥੇ ਉਹਨਾਂ ਦੇ ਨਾਲ ਚੱਲਣਾ, ਉਹਦੇ ਵਿੱਚ ਆਪਣਾ ਥਾਂ ਬਣਾਉਣਾ, ਸਿੱਖ ਕੌਮ ਦਾ ਜਿਹੜਾ ਸਾਡਾ ਰੁਤਬਾ ਉਹਨੂੰ ਹੋਰ ਉੱਚਾ ਰੱਖਣਾ, ਅਤੇ ਸਾਨੂੰ ਜਿਹੜੀ ਐਜੂਕੇਸ਼ਨ ਅੱਜ ਦੀ ਜਿਹੜੀ ਮਾਡਰਨ ਐਜੂਕੇਸ਼ਨ ਆ ਉਹਨੂੰ ਸਾਨੂੰ ਜਿਹੜਾ ਉੱਚਾ ਚੱਕਣਾ ਚਾਹੀਦਾ, ਜਿਹਦੇ ਪਿੱਛੋਂ ਅਸੀਂ ਸਾਡੀ ਕੌਮ ਜਿਹੜੀ ਬਹੁਤ ਪਛੜ ਗਈ ਹੈ। ਅੱਜ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਆ ਰਹੇ ਆ, ਸਿਰਫ ਉਹਨਾਂ ਦਾ ਇੱਕ ਏਮ ਹੁੰਦਾ ਵੀ ਅਸੀਂ ਕਿੱਦਾਂ ਉੱਥੇ ਪਹੁੰਚ ਸਕਦੇ ਹਾਂ, ਕਿੱਦਾਂ ਜਾ ਕੇ ਅਸੀਂ ਪੈਸੇ ਕਮਾ ਸਕਦੇ ਹਾਂ, ਪੜ੍ਹਾਈ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ। ਅਤੇ ਅੱਜ ਦੀ ਇਹ ਜਿਹੜੀ ਸਾਰੀ ਗੱਲਬਾਤ ਤੁਹਾਡੇ ਨਾਲ ਅੱਜ ਮੈਂ ਕਰ ਰਿਹਾ, ਅਸੀਂ ਮਤਲਬ ਜਿਹੜਾ ਹੈ ਕੋਸ਼ਿਸ਼ ਕਰਾਂਗੇ ਆਪਣੇ ਪੰਜਾਬ ਦੇ ਵਿੱਚ ਵੱਸਦੇ ਦੂਸਰੇ ਵੀਰਾਂ ਤੱਕ ਸਾਰੀ ਗੱਲ ਪਹੁੰਚਾਈਏ, ਤਾਂ ਕਿ ਅਸੀਂ ਇੱਕ ਉਸ ਮਹਾਨ ਮਤਲਬ ਜਿਹੜੀ ਸ਼ਖਸੀਅਤ ਸਰਦਾਰ ਕਰਤਾਰ ਸਿੰਘ ਚੱਬਰ, ਉਹਨਾਂ ਨੇ ਅਤੇ ਉਹਨਾਂ ਦੇ ਪੋਤੇ ਨੇ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੀ ਮਤਲਬ ਜਿਹੜੇ ਹੈ ਪੋਤ ਨੂੰਹ ਨੇ ਜੋ ਕੁਛ ਮਤਲਬ ਉਹਨਾਂ ਦੇ ਨਾਲ ਸਮਾਂ ਬਿਤਾਇਆ, ਜੋ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ, ਅਤੇ ਇੱਕ ਜਿਹੜੇ ਸਿੱਖਾਂ ਦੇ ਮੈਂ ਕਹਿ ਸਕਦਾ ਬਹੁਤ ਤਕੜੇ ਸਾਡੀ ਕੌਮ 'ਚੋਂ ਰਹੇ ਅਫਸਰ, ਜੰਮੂ ਕਸ਼ਮੀਰ ਦੇ ਰਹਿ ਚੁੱਕੇ ਚੀਫ ਸੈਕਟਰੀ, ਚੀਫ ਸੈਕਟਰੀ ਬਣਨਾ ਕੋਈ ਬੜੀ ਕੋਈ ਸੌਖੀ ਗੱਲ ਨਹੀਂ, ਪਟਵਾਰੀ ਬਣਨਾ ਬੜਾ ਔਖਾ, ਸਾਰੇ ਸਰਕਾਰ ਦਾ ਮੁਖੀ ਬਣਨਾ, ਉਹਨਾਂ ਦੇ ਵੀ ਤੁਸੀਂ ਵਿਚਾਰ ਸੁਣੇ ਆ,
ਤੇ ਇਹਨਾਂ ਦੇ ਨਾਲ ਅਸੀਂ ਸਾਰਿਆਂ ਦੇ ਨਾਲ ਇਹ ਗੱਲਾਂ ਜਿਹੜੀਆਂ ਸਾਂਝੀਆਂ ਕਰਾਂਗੇ ਤਾਂ ਕਿ ਮਤਲਬ ਜਿਹੜਾ ਹੈ ਇਸ ਝੱਬਰ ਪਰਿਵਾਰ ਦੀ ਜਿਹੜੀ ਕੁਰਬਾਨੀ ਹੈ ਉਹ ਸਾਰੇ ਮਤਲਬ ਜਿਹੜੀ ਹੈਗੀ ਆ ਸਾਰੇ ਲੋਕਾਂ ਤੱਕ ਜਿਹੜੇ ਦੁਆਰਾ ਪਹੁੰਚ ਸਕੇ। ਇਹਦੇ ਨਾਲ ਹੀ ਮੈਂ ਸਾਥੀ ਨੂੰ ਕਹਾਂਗਾ ਵੀ ਇੱਧਰ ਨਾਲ ਹੀ ਮੈਡਮ ਮੱਲੀ ਵੀ ਬੈਠੇ ਆ ਉਹਨਾਂ ਵਾਲੇ ਪਾਸੇ ਵੀ ਜ਼ਰੂਰ ਜਿਹਾ ਥੋੜ੍ਹਾ ਜਿਹਾ ਆਪਣਾ ਕੈਮਰਾ ਘੁਮਾਇਆ ਜਾਵੇ। ਇਹ ਵੀ ਕਿੱਥੇ ਜੇ ਮੱਲੀ ਸਾਹਿਬ ਮਤਲਬ ਚੀਫ ਸੈਕਟਰੀ ਰਿਟਾਇਰ ਹੋਏ ਆ ਤਾਂ ਮੇਰਾ ਖਿਆਲ ਉਸ ਲੈਵਲ ਦੇ ਜਿਹੜੇ ਔਫਿਸਰ ਆ ਉਸ ਲੈਵਲ ਦੇ ਜਿਹੜੀਆਂ ਇਹਨਾਂ ਦੀਆਂ ਨਾਲ ਦੀਆਂ ਸੁਆਣੀਆਂ ਸੀ ਉਹਨਾਂ ਦੇ ਨਾਲ ਵੀ ਰਹਿ ਕੇ ਇਹਨਾਂ ਦਾ ਵੀ ਬੜਾ ਵਧੀਆ ਉੱਥੇ ਦਾ ਤਜਰਬਾ ਰਿਹਾ ਅਤੇ ਅੱਜ ਇਸ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਅਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਕ ਬਹੁਤ ਇੱਕ ਉਸ ਸ਼ਖਸੀਅਤ ਦੇ ਬਾਰੇ ਮਤਲਬ ਜਿਹੜਾ ਹੈ ਇੱਕ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ ਆ ਅਤੇ ਅਸੀਂ ਸਮਝਾਂਗੇ ਕਿ ਕੋਈ ਸ਼ਾਇਦ ਕੁਛ ਕਾਮਯਾਬ ਹੋ ਸਕੀਏ ਅਸੀਂ ਇਹ ਗੱਲਾਂ ਜਿਹੜੀਆਂ ਆਪਣੇ ਨੌਜਵਾਨ ਪੀੜ੍ਹੀ ਤੱਕ ਜਿਹੜੀ ਆ ਇਸ ਮਾਧਿਅਮ ਤੱਕ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।